ਡਿਪਟੀ ਕਮਿਸ਼ਨਰ ਲੁਧਿਆਣਾ ਲੁਧਿਆਣਾ ਦੇ ਸਾਰੇ ਵਸਨੀਕਾਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀ ਲੱਖ ਲੱਖ ਵਧਾਈ ਦਿੰਦਾ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ 12 ਤਰੀਕ ਜਨਮ ਅਸ਼ਟਮੀ ਵਾਲੇ ਦਿਨ ਲੁਧਿਆਣਾ ਜ਼ਿਲ੍ਹੇ ਵਿੱਚ ਰਾਤ ਦਾ ਜਿਹੜਾ ਕਰਫਿਊ ਹੁੰਦਾ ਸੀਗਾ ਉਹ 'ਚ ਛੋਟ ਦੇ ਕੇ ਉਹਦਾ ਸਮਾਂ ਪਰਿਵਰਤਿਤ ਕੀਤਾ ਗਿਆ। ਹੁਣ ਰਾਤ ਦਾ ਕਰਫਿਊ 12 ਅਤੇ 13 ਦੀ ਜਿਹੜੀ ਅੱਧੀ ਰਾਤ ਹੈਗੀ ਹੈ 1 ਵਜੇ ਤੋਂ ਲੈ ਕੇ ਸੁਬਾਹ 5 ਵਜੇ ਤੱਕ ਲੱਗੇਗਾ। ਇਸ ਤੋਂ ਭਾਵ ਅਰਥ ਇਹ ਹੈ ਕਿ 1 ਵਜੇ ਤੱਕ ਕੋਈ ਕਰਫਿਊ ਨਹੀਂ ਹੈਗਾ ਔਰ ਲੋਕਾਂ ਨੂੰ ਬਾਹਰ ਜਾਣ 'ਤੇ ਕੋਈ ਪਾਬੰਦੀ ਨਹੀਂ। ਪਰ ਇਹਦੇ ਨਾਲੋਂ ਨਾਲ ਮੈਂ ਸਾਰੇ ਜਿਹੜੇ ਸੂਝਵਾਨ ਸਾਡੇ ਸ਼ਰਧਾਲੂ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੰਦਰਾਂ ਦੇ ਵਿੱਚ ਕੋਈ ਵੀ ਭੀੜ ਨਾ ਕੀਤੀ ਜਾਵੇ। 1 ਸਮੇਂ ਤੋਂ 20 ਤੋਂ ਵੱਧ ਸ਼ਰਧਾਲੂਆਂ ਨੂੰ ਮੰਦਰ ਵਿੱਚ ਇਕੱਠੇ ਹੋਣ ਦੀ ਆਗਿਆ ਨਹੀਂ ਹੋਵੇਗੀ। ਇਹ ਤੁਹਾਡੀ ਸਿਹਤ ਨੂੰ ਦੇਖ ਕੇ ਪਹਿਲਾਂ ਤੋਂ ਹੀ ਜੋ ਹਦਾਇਤਾਂ ਲਾਗੂ ਨੇ, ਕੋਈ ਵੀ ਧਾਰਮਿਕ ਸਥਾਨ ਹੋਏ 20 ਤੋਂ ਵੱਧ ਬੰਦਿਆਂ ਨੇ ਇਕੱਠੇ ਨਹੀਂ ਹੋਣਾ। ਸਾਰੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਮੱਥਾ ਟੇਕਣ ਜਾਣਾ ਜਾਂ ਜਿੰਨੀਆਂ ਵੀ ਮੈਨੇਜਮੈਂਟ ਕਮੇਟੀਆਂ ਨੇ ਮੰਦਰਾਂ ਦੀਆਂ, ਉਹ ਇਹ ਸੁਨਿਸ਼ਚਿਤ ਕਰਨਗੀਆਂ ਕਿ ਜਦੋਂ ਵੀ ਲੋਕ ਮੱਥਾ ਟੇਕਣ ਆਉਂਦੇ ਨੇ ਤਾਂ 20 ਤੋਂ ਵੱਧ ਬੰਦਿਆਂ ਦਾ ਇਕੱਠ ਨਾ ਹੋਵੇ। ਇਸ ਤੋਂ ਇਲਾਵਾ ਜਿਹੜੀ 1 ਵਜੇ ਤੱਕ ਛੂਟ ਦਿੱਤੀ ਗਈ ਹੈ ਉਹਦਾ ਇਹ ਅਰਥ ਨਹੀਂ ਹੈ ਕਿ 12 ਵਜੇ ਆਪਾਂ ਇਕਦਮ ਸਾਰੇ ਜਣੇ ਮੰਦਰ 'ਚ ਇਕੱਠੇ ਹੋ ਜਾਈਏ। 12 ਵਜੇ ਕੇਵਲ ਜਿਹੜੇ ਪੁਜਾਰੀ ਨੇ 5 ਜਣੇ ਅੱਧੀ ਰਾਤ ਵਾਲੀ ਜਿਹੜੀ ਹੈਗੀ ਹੈ ਆਰਤੀ ਕਰਨਗੇ। ਸਾਰੇ ਜਿਹੜੇ ਸੂਝਵਾਨ ਸਾਡੇ ਹੋਰ ਸ਼ਰਧਾਲੂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਘਰ ਜਿਹੜਾ ਹੈਗਾ ਭਗਵਾਨ ਕ੍ਰਿਸ਼ਨ ਜੀ ਦਾ ਨਾਮ ਜਪਣ, ਉਹਨਾਂ ਨੂੰ ਜਿਹੜੀ ਹੈਗੀ ਹੈ ਪ੍ਰੇਅਰਸ ਕਰਨ ਔਰ ਇਸ ਗੱਲ ਲਈ ਵੀ ਉਹਨਾਂ ਨੂੰ ਅਰਦਾਸ ਕਰਨ ਕਿ ਕਰੋਨਾ ਦੀ ਜਿਹੜੀ ਮਹਾਂਮਾਰੀ ਹੈ ਇਸ 'ਚੋਂ ਆਪਾਂ ਬਾਹਰ ਨਿਕਲ ਸਕੀਏ। ਔਰ ਮੈਨੂੰ ਪੂਰੀ ਆਸ ਹੈ ਕਿ ਜਿਹੜੇ ਵੀ ਸਾਡੇ ਸੂਝਵਾਨ ਨਾਗਰਿਕ ਨੇ ਸਾਡੀ ਇਸ ਅਪੀਲ ਨੂੰ ਸਮਝਣਗੇ ਔਰ ਮੰਦਰਾਂ ਦੇ ਵਿੱਚ ਇਸ ਵਾਰ ਕੋਈ ਭੀੜ ਭੜੱਕਾ ਨਹੀਂ ਹੋਏਗਾ। ਅੱਗੇ ਲਈ ਜਿਹੜੇ ਆਉਣ ਵਾਲੇ ਸਾਲ ਨੇ ਜਦੋਂ ਇਹ ਮਹਾਂਮਾਰੀ ਖਤਮ ਹੋ ਜਾਏਗੀ, ਜਿੰਨੇ ਹਸੀ ਖੁਸ਼ੀ ਨਾਲ ਆਪਾਂ ਪਹਿਲਾਂ ਇਹ ਮੰਦਰਾਂ ਦੇ ਵਿੱਚ ਇਕੱਠੇ ਹੋ ਕੇ ਇਹਨੂੰ ਮਨਾਉਂਦੇ ਹਾਂ ਉੱਦਾਂ ਹੀ ਮਨਾਵਾਂਗੇ। ਇਸ ਵਾਰ ਵੀ ਮਨਾਹੀ ਕੋਈ ਨਹੀਂ ਹੈ, ਪਰ ਆਪਾਂ ਬਹੁਤ ਛੋਟੇ ਛੋਟੇ ਗਰੁੱਪਸ ਦੇ ਵਿੱਚ ਜਾ ਕੇ ਆਪਦਾ ਮੱਥਾ ਟੇਕਣਾ, ਟਾਈਮ ਸਿਰ ਟੇਕਣਾ ਔਰ ਅੱਧੀ ਰਾਤ ਨੂੰ ਕੋਈ ਭੀੜ ਨਹੀਂ ਕਰਨੀ ਹੈਗੀ। ਮੈਂ ਆਪ ਸਾਰਿਆਂ ਨੂੰ ਦੁਬਾਰਾ ਤੋਂ ਜਨਮ ਅਸ਼ਟਮੀ ਦੀ ਬਹੁਤ ਬਹੁਤ ਵਧਾਈ ਦਿੰਦਾ।